누가 혹시 마저 가져야 요거 사례 근데 불이 있나 같더니 저 샤베가 바탕에 구루 드루리 차이다 이가라 바로 하리 바라지다 और साजे के दरबार की जय देखो जी काला पड़ना जीव पवित्र हो जाती है गया तो वही हो जाती है 84 के गेड़ कटे जाते हैं बीबियां भी बैठती है के जकारा रज के बोलना है क्योंकि जकारा बोलना है कई दुख दूर जाते हो जाने आज जकारा बोला हरि बाबा जी का और साजे के दरबार की जय जय करा गणेश महाराज जी का और साजे के दरबार की जय पहाड़ा वाली ऐस वेले तेरा सफरा में याद गणेश जवाला रानी ऐस वेले Yeah.
ਨਾਥ ਗਣੇਸ਼ ਜਵਾਲਾ ਰਾਣੀ ਹੈ ਇਸ ਵੇਲੇ ਸਭ ਤੋਂ ਪਹਿਲਾਂ ਗਣੇਸ਼ ਦੀ ਆਰਾਧਨਾ ਜ਼ਰੂਰੀ ਹੈ ਤੇ ਲਓ ਬਿਆੰਤ ਮਾਇਆ ਬੀਬੀਆਂ ਵੱਲੋਂ ਆਈ ਹੈ ਤੇ ਬਿਆੰਤ ਮਾਇਆ ਮੇਰੇ ਵੀਰਾਂ ਵੱਲੋਂ ਕਿਉਂਕਿ ਮੇਰੇ ਬਾਬਾ ਜੀ ਜਾਣੀ ਜਾਣ ਹੈ ਕਹਿੰਦੇ ਜਾਣੀ ਜਾਣ ਦਿਲਾਂ ਦੀਆਂ ਜਾਣਦਾ ਏ ਉਹ ਜਾਣਦਾ ਏ ਪਹਿਚਾਣਦਾ ਏ ਸੰਤ ਮਿਹਰ ਭਰਿਆ ਹੱਥ ਰੱਖੇ ਮਨੋਕਾਮਨਾ ਪੂਰੀਆਂ ਕਰੇ ਹਰ ਮਦਾਨ ਫਤਿਹ ਜਗਰਾ ਗੁਫਾ ਦੇ ਵਾਸੀ ਦਾ ਦਰਬਾਰ ਕੀ ਜੈ ਜਗਰਾ ਲੱਖਾਂ ਦੇ ਦਾਤੇ ਦਾ ਸੱਚੇ ਦਰਬਾਰ ਕੀ ਜੈ ਜਗਰਾ ਆਪਣੇ ਗੁਰੂ ਮਹਾਰਾਜ ਦਾ ਸੱਚੇ ਦਰਬਾਰ ਕੀ ਜੈ ਚਲੋ ਇਹ ਸੀ ਗਣੇਸ਼ ਦੀ ਆਰਾਧਨਾ ਉਹ ਹੁਣ ਬਾਬਾ ਜੀ ਦੀ ਆਰਤੀ ਹੈ ਆਰਤੀ ਕਰਾਂ ਮੈਂ ਤੇਰੀ ਭਗਵੇਂ ਚੋੜੇ ਵਾਲੇ ਆਰਤੀ ਕਰਾਂ ਮੈਂ ਤੇਰੀ ਸ਼ਾਹ ਤਾਲੀਆਂ ਵਾਲੇ ਆਰਤੀ ਬਾਬਾ ਜੀ ਦੀ ਹੈ ਉਸ ਤੋਂ ਬਾਅਦ ਬਾਬਾ ਜੀ ਦੀਆਂ ਭੇਟਾਂ ਗਵਾਲੀਆਂ ਚਾਰੀ ਸਾਹ ਸਿੰਘ ਜਿੰਨਾਂ ਦੇ ਵੀ ਕਹੋਗੇ ਉਹ ਜੀ ਜੀ ਪੇਸ਼ ਕਰਾਂਗੇ ਜਿਕਾਰਾ ਕੌਣਾ ਹਰੀ ਬਾਬਾ ਜੀ ਦਾ ਦਰਬਾਰ ਕੀ ਜੈ ਦਰਸ਼ਨ ਕਰਕੇ ਮਨ ਦੀ ਭੁੱਖ ਲੈਂਦੀ ਬਾਬਾ ਕਾਰਜ ਸਵਾਰਦਾ ਲਿਖਿਆ ਹੈ ਤੂੰ ਅਮਨ ਉਹਦੇ ਤੇ ਕਰਿਆ ਕਰ ਤੇਰੇ ਅੰਦਰੋਂ ਬੈਲ ਨਾ ਜਾਵੇ ਤੇ ਨਹਾਉਂਦਾ ਫਿਰੇ ਤੀਰਥਾਂ ਤੇ ਅੰਦਰ ਦੇਖਣਾ ਕੱਪੜੇ ਨਹੀਂ ਦੇਖਣੇ ਜਿਕਰੋ ਕੋਣ ਹਰੀ ਬਾਬਾ ਜੀ ਦਾ ਦਰਬਾਰ ਕੀ ਜੈ ਆਰਤੀ ਕਰਾਂ ਮੈਂ ਤੇਰੀ ਆਰਤੀ ਕਰਾਂ ਮੈਂ ਤੇਰੀ ਸਭੇ ਜੋੜੇ ਵਾਲੇ ਆਦਿ ਕਰਾਂ ਮੈਂ ਤੇਰੀ ਸਾਥ ਲਈ ਹਾਰੇ
ਦਰਬਾਰ ਕੀ ਜੈ ਬਣਾਓ ਨਾਕਾ ਦੇ ਬੈਠ ਤੇਰੇ ਮਸਤਬ ਲੱਗਿਆ ਨੇ ਤੂੰ ਨਾ ਲਾਇਆ ਮੇਰੇ ਪੌਣਾ ਹਾਰੀ ਆਵੇ ਕਿਉਂ ਨਹੀਂ ਆਇਆ ਕਿਉਂ ਨਹੀਂ ਆਇਆ ਇਹ ਬਾਬਾ ਜੀ ਸਾਡੇ ਕੋਲ ਹੀ ਆ ਦੂਰ ਨਹੀਂ ਕਹਿੰਦਾ ਚੂਕੀ ਤੇਰੇ ਤੋਂ ਮੁੱਖ ਨਹੀਂ ਪਰ ਤੇਰੀ ਦੇਖਣ ਵਾਲੀ ਅੱਖ ਨਹੀਂ ਉਹ ਸਾਡੇ ਕੋਲ ਹੀ ਬੈਠੇ ਹੈ ਕਿਸੇ ਨੇ ਖਬਰਾਂ ਕਰਵਾਏ ਨੇ ਪਿਆਰੀ ਸਾਧ ਸੰਗਤ ਜੇ ਤੁਹਾਡਾ ਮਨ ਸਾਫ਼ ਹੈ ਤੇ ਅੱਜ ਦਰਸ਼ਨ ਹੋਣਗੇ ਜ਼ਰੂਰ ਜਗਰਾ ਗੁਫਾ ਦੇ ਵਾਸੀ ਦਾ ਆ
Yeah.
I'm
ਜਕਾਰਾ ਗੁਫਾ ਦੇ ਵਾਸੀ ਦਾ ਬੋਲ ਖੱਜੇ ਦਰਬਾਰ ਕੀ ਜੈ ਜਕਾਰਾ ਹੈ ਤੇ ਲਓ ਸਾਡੇ ਬੀਬੀ ਜੀ ਉਹ ਵੀ ਗੱਡੀ ਜਾ ਗਏ ਆ ਕਿਉਂਕਿ ਪਿਆਰੇ ਸਾਧ ਸੰਗਤ ਨੇ ਇੰਨਾਂ ਦੀਆਂ ਰੂਹਾਂ ਦੇ ਕਿਤੇ ਕਿਤੇ ਦਰਸ਼ਨ ਹੁੰਦੇ ਆ ਦਰਸ਼ਨ ਕਰ ਲਓ ਝੋਲੀਆਂ ਭਰ ਲਓ ਕਿਉਂਕਿ ਪਿਆਰੀ ਸਾਧ ਸੰਗਤ ਸੰਤ ਫਕੀਰ ਜਿਹੜੇ ਆ ਇਹ ਸਭ ਇਕੱਠੇ ਹੁੰਦੇ ਆ ਤੇ ਸੰਗਤਾਂ ਨੂੰ ਬੇਨਤੀ ਅੱਜ ਪਤਾ ਨੀ ਕਿਹਨੂੰ ਤੋੜ ਦੇਣਾ ਹੈ ਇਹਨਾਂ ਸੰਤਾਂ ਫਕੀਰਾਂ ਨੇ ਜਕਾਰਾ ਪੂਰਨ ਹਰੀ ਬਾਬਾ ਜੀ ਦਾ ਦਰਬਾਰ ਕੀ ਜੈ ਇਸ ਦਰਬਾਰ ਤੋਂ ਦੌੜ ਗਿਆ ਕੋਈ ਪੁੱਤ ਮੰਗਦਾ ਕੋਈ ਧੀ ਮੰਗਦਾ ਕੋਈ ਜਯਾ ਦਾਤਾ ਮੰਗਦਾ ਕੋਈ ਸਕੂਟਰ ਮੰਗਦਾ ਕੋਈ ਕਾਰ ਮੰਗਦਾ ਇੱਕ ਭਗਤ ਕੀ ਮੰਗਦਾ ਉਹ ਕਹਿੰਦਾ ਬਾਬਾ ਸਾਨੂੰ ਗੱਡੀ ਦੇ ਛੋਟੀ ਦੇ ਜਾਂ ਵੱਡੀ ਦੇ ਤੇਰਾ ਲੱਖ ਲੱਖ ਸ਼ੁਕਰ ਮਨਾਵਾਂ ਉਹ ਛੋਟੀ ਗੱਡੀ ਦੇਵੇਗਾ ਤੇ ਕੱਲਾ ਆਵਾਂਗਾ ਵੱਡੀ ਦੇਵੇਗਾ ਤੇ ਸੰਗਤਾਂ ਲਿਆਵਾਂ ਆਹ ਕੁਛ ਲੱਗਦਾ ਭਗਤ ਮਨੋਕਾਮਨਾ ਪੂਰੀਆਂ ਕਰਨੀਆਂ ਹਰ ਮੈਦਾਨ ਫਤਿਹ ਤੰਦਰੁਸਤੀਆਂ ਬਖਸ਼ਣੀਆਂ ਜਿਹੜੇ ਵੀ ਬੱਚੇ ਤੇਰੇ ਦਰਬਾਰ ਚ ਹਾਜ਼ਰੀ ਭਰਦੇ ਆ ਬਾਬਾ ਜੀ ਤੁਸੀਂ ਜਾਣੀ ਜਾਣ ਤੁਸੀਂ ਦਿਨਾਂ ਦੀਆਂ ਬੁੱਝਣ ਵਾਲੇ ਹੈ ਇਹਨਾਂ ਤੇ ਕਿਰਪਾ ਕਰਨੀ ਹੈ ਚੜ੍ਹਦੀ ਕਲਾ ਰੱਖਣੀ ਜੋ ਵੀ ਮਨ ਲੈ ਕੇ ਆਏ ਹੈ ਇਹਨਾਂ ਦੀਆਂ ਆਸਾਂ ਪੂਰੀਆਂ ਕਰਨੀਆਂ ਤੰਦਰੁਸਤੀਆਂ ਬਖਸ਼ਣੀਆਂ ਜਿਹਨਾਂ ਖਜ਼ਾਨਿਆਂ ਚੋਂ ਮਾਇਆ ਆਉਂਦੀ ਹੈ ਇਹ ਖਜ਼ਾਨੇ ਭਰਪੂਰ ਕਰਨੇ ਦੁੱਖ ਦੂਰ ਕਰਨੇ ਇਹ ਕਰਾ ਪੌੜਾ ਹਰੀ ਬਾਬਾ ਜੀ ਦਾ ਹੋਰ ਸੁੱਚੇ ਦਰਬਾਰ ਕੀ ਲੱਕੀ ਘੜੀ ਜੋ ਗੁੱਟ ਤੇ ਟਾਈਮ ਦੇਵੇ ਇਹਦਾ ਪਤਾ ਨੀ ਕਦੋਂ ਇਹ ਰੁੱਕ ਜਾਣਾ ਲੱਕੀ ਘੜੀ ਜੋ ਗੁੱਟ ਤੇ ਟਾਈਮ ਦੇਵੇ ਲੋਕੋ ਇਹਦਾ ਪਤਾ ਨਹੀਂ ਕਦੋਂ ਇਹਨੇ ਰੁੱਕ ਜਾਣਾ ਉਹ ਚਿੱਠੀ ਆਉਣੀ ਬੰਦਿਆ ਜਦੋਂ ਮੌਤ ਵਾਲੀ ਦਾਣਾ ਪਾਣੀ ਜਹਾਨ ਚੋਂ ਮੁੱਕ ਜਾਣਾ ਬੰਦਿਆ
ਜਦੋਂ ਮੌਤ ਵਾਈ ਦਾਣਾ ਪਾਣੀ ਜਹਾਨ ਚੋਂ ਮੁੱਕ ਜਾਣਾ ਉਹ ਜਿਸ ਜਿਸਮ ਨੂੰ ਬੰਦੇ ਸ਼ੁਕਾਰਦਾ ਤੂੰ ਉਹ ਇਸ ਮਿੱਟੀ ਦੇ ਮਿੱਟੀ ਵਿੱਚ ਮੁੱਕ ਜਾਣਾ ਇਸ ਮਿੱਟੀ ਨੇ ਮਿੱਟੀ ਵਿੱਚ ਲੁੱਕ ਜਾਣਾ ਉਦੋਂ ਪ੍ਰਭੂ ਦਾ ਨਾਮ ਹੀ ਕੰਮ ਆਉਣਾ ਜਦੋਂ ਜਾ ਕੇ ਦਰਗਾਹ ਵਿੱਚ ਝੁੱਕ ਜਾਣਾ ਫੇਰ ਤੈਨੂੰ ਪਤਾ ਲੱਗਣਾ ਹੈ ਮੈਂ ਚੰਗੇ ਕੰਮ ਕਰ ਲੈਂਦਾ ਫੇਰ ਪੁੱਛਦਾ ਤੇ ਕੀ ਪੁੱਛਦਾ ਜਦੋਂ ਵਕਤ ਲੰਘਿਆ ਇੱਕ ਵਾਰੀ ਵੇਲਾ ਲੰਘਿਆ ਮੁੜ ਕੇ ਹੱਥ ਆਉਂਦਾ ਨਹੀਂ ਪਿਆਰੀ ਸਾਹਿਬ ਸੰਗਤ ਆ ਜਿਹੜਾ ਸਹਿਮ ਹੈ ਇਹ ਸਾਂਭ ਲਓ ਜੇ ਸਾਂਭਿਆ ਜਾਂਦਾ ਤੇ ਜੇ ਇੱਕ ਵਾਰੀ ਲੰਘ ਗਿਆ ਫਿਰ 84 ਲੱਖ ਜੂਨ ਹੈ ਉਹਦੇ ਤੇ ਸੁੱਟ ਦੇਣਾ ਤੈਨੂੰ ਫਿਰ 84 ਲੱਖ ਜੂਨ ਭੁੱਕ ਕੇ ਆਸਾਨ ਬਣਦਾ ਹੈ ਇਹ ਸਮਾਂ ਜਿਹੜਾ ਇਹ ਸਾਂਭ ਲਓ ਜਿਕਾਰਾ ਪਾਉਣਾ ਹਰੀ ਬਾਬਾ ਜੀ ਦਾ ਹੋਰ ਸੱਚੇ ਦਰਬਾਰ ਕੀ ਜੈ ਮੇਰਾ ਪਾਉਣਾ ਹਰੀ ਆਇਆ ਮੱਥਾ ਟੇਕ ਲੈਣ ਦੇ ਮੇਰਾ ਚਿਮਟੀ ਵਾਲਾ ਆ ਗਿਆ ਮੱਥਾ ਟੇਕ ਲੈਣ ਦੇ ਪਿਆਰੀ ਸਾਧ ਸੰਗਤ ਕਿਸੇ ਕਿਸੇ ਨੂੰ ਚੱਕਿਆ ਨਹੀਂ ਜਾਂਦਾ ਚਾਹੇ ਕੋਈ ਮਾੜਾ ਚਾਹੇ ਚੰਗਾ ਉਹਨੂੰ ਇੱਕੋ ਹੀ ਹੈ ਸਾਰੇ ਸਾਰੇ ਦਰਬਾਰ ਚ ਹਾਜ਼ਰੀ ਭਰੋ ਮੱਥਾ ਟੇਕੋ ਜਿਕਾਰਾ ਪਾਉਣਾ ਹਰੀ ਬਾਬਾ ਜੀ ਦਾ ਹੁਣ ਸੱਚੇ ਦਰਬਾਰ ਕੀ ਜੈ ਆਇਆ ਮੱਥਾ ਟੇਕ ਲੈਣ ਦੇ ਭੂਏ ਨੂੰ ਵੇਖ
ਕਿਹਾ ਤੇਰੀ ਸਤ ਗੁਣੇ ਪ੍ਰਸ ਕਿਉਂ ਹੈ ਆਈ ਜਵਾਨੀ ਹਰ ਕੋਈ ਵੇਦਾ ਜਾਨੀ ਕਨੇ ਹੱਥ ਸੇ ਆਈ ਜਵਾਨੀ ਹਰ ਕੋਈ ਵੇਦਾ ਜਾਨੀ ਕਨੇ ਹੱਥ ਸੇ ਕੀ ਨਹੀਂ ਆਦੀਆਂ ਬੰਦਿਆ ਤੇ ਕੀ ਆਦੀਆਂ ਬੰਦਿਆ ਤੇ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਦਰਬਾਰ ਬੈਠੋ ਕਰੀ ਸਾਹ ਸਾਰੀਆਂ ਸੰਗਤਾਂ ਕਿਉਂਕਿ ਅੱਜ ਦਰਬਾਰ ਦੇ ਵਿੱਚ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਬੈਠੀ ਹੈ ਲਓ ਕਰੀ ਸਾਹ ਹਾਜ਼ਰ ਕਰ ਦਿੰਦੇ ਹਾਂ ਸਦਕੇ ਜਾਵਾਂ ਵਾਰੀ ਤੈਨੂੰ ਮਨ ਦੇ ਵਿੱਚ ਵਸਾਇਆ ਏ ਕੀਤਾ ਪਿਆਰ ਤੇ ਇਸ਼ਕ ਕਮਾਇਆ ਏ ਤੈਨੂੰ ਕਈ ਵਾਰੀ ਅਜ਼ਮਾਇਆ ਏ ਪੀਰਾ ਮੈਂ ਜਾਵਾਂ ਸਦਕੇ ਜਾਵਾਂ ਵਾਰੀ ਪੀਰਾ ਮੈਂ ਜਾਵਾਂ ਸਦਕੇ ਜਾਵਾਂ ਵਾਰੀ ਕਹਿੰਦੇ ਆ ਪਿਆਰ ਦੇ ਇਸ਼ਕ ਕਮਾਇਆ ਏ
Yeah.
ਪਰਮਾਤੂ ਸੁਭਾ ਤੇ ਪਾਇਆ ਪਰਮਾਤੂ ਸੁਭਾ ਤੇ ਪਾਇਆ ਹਰ ਕਰੋਦਾ ਲਾਲ ਕਹਾਇਆ ਹਰ ਕਰੋਦਾ ਲਾਲ ਕਹਾਇਆ ਹਰ ਕਰੋਦਾ ਲਾਲ ਕਹਾਇਆ ਹਰ ਕਰੋਦਾ ਲਾਲ ਕਹਾਇਆ ਪਰਮਾਤੂ ਸੁਭਾ ਤੇ ਪਾਇਆ ਪਰਮਾਤੂ ਸੁਭਾ ਤੇ ਪਾਇਆ ਪਰਮਾਤੂ ਸੁਭਾ ਤੇ ਪਾਇਆ ਪਰਮਾਤੂ ਸੁਭਾ ਤੇ ਪਾਇਆ ਉਹ ਸ਼ਕਤੀ ਸ਼ਕਤੀ ਅੰਗ ਦੇ ਗਿਆ ਹੋ ਰਹਾ ਇਸ ਵੇਲੇ ਦੀ ਜੜਾ ਬਾਜੀ ਜੜਾ ਬਾਜੀ ਜੜਾ ਬਾਜੀ ਹੋ ਰਿਹਾ ਜਿੱਥੇ ਜਿੱਥੇ ਸੰਗਤਾਂ ਪ੍ਰਲਾਪ ਕਰਦੀਆਂ ਹਾਂਜੀ Thank you.
Yeah.
Oh,
ਬੜੇ ਪਿਆਰ ਨਾਲ ਤੁਸੀਂ ਬੈਠੇ ਸੀ, ਏਦਾਂ ਹੀ ਸਤਸੰਗ ਸੁਣਨਾ ਚਾਹੀਦਾ ਕਿਉਂਕਿ ਅੱਜ ਦਰਬਾਰ ਚੋਂ ਆਪਾਂ ਝੋਲੀਆਂ ਭਰ ਕੇ ਜਾਣੀ ਹੈ। ਪਤਾ ਨੀ ਅੱਜ ਇਹਦੇ ਤੇ ਕਿਰਪਾ ਹੋ ਜਾਣੀ ਹੈ। ਜੇ ਕਰੋ ਕਿਸੇ ਦੇ ਵਾਸੀ ਦਾ ਬੋਲ ਸੱਚੇ ਦਰਬਾਰ ਕੀ ਜੈ। ਜਗਾਰਾ ਪਾਉਣਾ ਹਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ। ਹੁਣ ਬਿੰਦਰਪਾਲ ਹੰਸੂ ਜੀ 5 ਮਿੰਟ ਆਪਣੀ ਹਾਜ਼ਰੀ ਦੇ। ਹੈਲੋ ਤਾਨਾ ਪਨਾਰੀਆਂ ਬਾਲ ਚਚੇ ਤਾਲ ਚਿਚ ਟਟੋ ਬਾਬਾ ਜੀ ਮਚ ਚੇਰੀ ਟਨ ਮਾਰਿਆ ਟਟੋ ਬਾਬ ਅਰੇ ਮਚ ਚੇਰੀ ਟਨ ਮਾਰਿਆ ਟਟੋ ਬਾਬਾ ਜੀ ਮਚ ਚੇਰੀ ਟਨ ਮਾਰਿਆ ਜੇ ਤਨ ਤਿਮ ਤਿਆਰੀ ਤੋੜ ਜੇ ਤਨ ਤਿਮ ਤਿਆਰੀ ਤੋੜ ਤਿਮ ਤਨਾ ਮਾਥੇ ਤੇ ਆਤ ਬਾਨੂ ਮੁੱਤ ਤੇਰੀ ਤਨ ਮਾਰਿਆ ਤਤੋ ਬਾਬਾ ਜੀ ਮੁੱਤ ਤੇਰੀ ਤਨ ਮਾਰਿਆ ਤਤੋ ਬਾਬਾ ਜੀ ਮੁੱਤ ਤੇਰੀ ਤਨ ਮਾਰਿਆ ਤੇ ਤਨ ਚਿੰਨਿਆਰੀ ਤੋੜ ਤੇ ਤਨ ਚਿੰਨਿਆਰੀ ਤੋੜ ਕਿੰਨੀਆਂ ਨਾ ਮਾਥੇ ਤੇ ਆਤ ਬਾਨੂ ਮੁੱਤ ਤੇਰੀ ਤਨ ਮਾਰਿਆ ਤਤੋ ਬਾਬਾ ਜੀ ਮੁੱਤ ਤੇਰੀ ਤਨ ਤੈਨੂੰ ਬਹੁਆਰੀ ਟੋਲ ਤੇ ਤੈਨੂੰ ਬਹੁਆਰੀ ਟੋਲ ਬਹੁਏ ਨਾ ਮਾਤੇ ਤੇ ਆਤਬਾਨ ਮੁੱਤ ਤੇਰੀ ਤਨ ਮਾਰਿਆ ਤਤੋ ਬਾਬਾ ਜੀ ਮੁੱਤ ਤੇਰੀ ਤਨ ਮਾਰਿਆ ਤੂੰ ਨਾ ਤੇਰੇ ਨਾਮ ਨਾ ਤਾਇਆ ਇਕਿਆ ਨਾ ਪਨਾਰਿਆ ਤੂੰ ਨਾ ਤੇਰੇ ਮਨਾਤਾਇਆ ਇਤਿਆ ਨਾ ਪਨਾਰਿਆ ਤੈਨਾ ਤੂੰ ਨਾ ਤੇ ਤਣ ਨੋ ਪਮਾ ਵੀ ਤੈਨੂੰ ਤਾਤੇ ਆਏ ਤੈਨਾ ਤੂੰ ਨਾ ਤੇ ਤਣ ਨੋ ਪਮਾ ਵੀ ਤੈਨੂੰ ਤਾਤੇ ਆਏ ਤੂੰ ਨਾ ਤੇਰੇ ਨਾਮ ਨਾ ਤਾਇਆ ਇਤਿਆ ਨਾ ਪਨਾਰਿਆ ਤੂੰ ਨਾ ਤੇਰੇ ਨਾਮ ਨਾ ਤਾਇਆ ਇਤਿਆ ਨਾ ਪਨਾਰਿਆ ਆਪਾ ਮੀ ਤੇ ਮੈਣ ਤਾਰਿਆ ਨਾ ਤਾਵੇ ਨਾ ਤਾਵੇ ਆਪਾ ਮੀ ਤੇ ਮੈਣ ਤਾਰਿਆ ਨਾ ਤਾਵੇ ਨਾ ਤਾਵੇ ਆਪਾ ਮੀ ਤੇ ਮੈਣ ਤਾਰਿਆ ਨਾ ਤਾਵੇ ਤੈਨੂੰ ਪਿਆਰ ਤਿੰਨ ਤਾਰਿਆ ਨਾ ਤਾਵੇ ਨਾ ਤਾਵੇ ਆਪਾ ਮੀ ਤੇ ਮੈਣ ਤਾਰਿਆ ਨਾ ਤਾਵੇ ਨਾ ਤਾਵੇ ਆਪਾ ਮੀ ਤੇ ਮੈਣ ਤਾਰਿਆ ਨਾ ਤਾਵੇ ਆਨਾ ਤੇ ਤਪੋਨੀਏ ਉਨ ਤੇਰੇ ਨਾਮ ਨਾ ਤਾਇਆ ਇਤੇ ਆਨਾ ਬਨਾਇਆ ਤੂੰ ਨਾ ਤੇਰੇ ਨਾਮ ਨਾ ਤਾਇਆ ਇਤੇ ਆਨਾ ਬਨਾਇਆ ਬਿੰਦਰਪਾਲ ਹੰਸ ਥੱਕ ਗਏ ਆ। ਹੁਣ ਕੁਛ ਸਨਮਾਨ ਹੋਣੇ ਆ ਸਾਡੇ ਤਾਇਆ ਜੀ ਆ ਜਾਣ
जीवन कुमार ब्यास पिंड तो, जीवन कुमार ब्यास पिंड तो वो अपना सरमान ललन मूर्ति नाम की जिन्होंने 1100 सेवा की थी, अपना अपना सम्मान ले आए जिन्हें जिन्होंने मैं ना बोलता मूर्ति राम साढ़े चाचा जी, उस तो अगे केवल कृष्ण साढ़े बाबा जी प्रीतम चंद जी जी इतने बैठे थे वो भी अपना सम्मान ले लन, पम्मा दयाल चंद जी, पम्मा जा सरवण अपना सम्मान ले लन, पम्मी सन ऑफ करमचंद जीवन कुमार, उस तो अगां मूर्ति राम जी केवल किशन इंदर जी अमरजीत बटाला चमन लाल जी सोना सोना भाजी चमन लाल जी जसपाल जफरा जी डॉक्टर साहब मनजीत सिंह सूबेदार साढ़े जीजा जी मनजीत सिंह सूबेदार जी देवराज साढ़े फुफर जी ईसरवाल तो प्रदीप लेसरीवाल तो साढ़े भैन जी भी आ जाए साढ़े भैन जी मनजीत कौर मनजीत भैन जी आ जाओ बुप्पर देवराज जी प्रदीप देसड़ीवाल तो रोशन रोशन भाजी राणी पट्टी दो मूर्ति राम जी राणी पट्टी दो मूर्ति राम जी वो भी अपना सम्मान ले लें जी मूर्ति राम जी रानी पट्टी तो पट्टी वालिया बीबिया भी अपना सम्मान ले लैन और साडे वीर हलवाई जी वो भी अपना सम्मान ले लैन जी हर साल बहुत सेवा करते हैं जी और साउंड वाले वीर भी अपना सम्मान ले लो भाजी शोका साउंड लावलपुर तो बहुत अच्छी साउंड पट्टी वाली बीबिया भी अपना सम्मान ले लो जी ਲੋਕਾ ਸੌਣ ਲਾਵਲਪੁਰ ਤੋਂ ਭੱਠੀ ਵਾਲੀਆਂ ਬੀਬੀਆਂ ਰਾਣੀ ਭੱਠੀ ਤੋਂ ਆ ਜਾਓ ਜੀ ਅੰਕਲ ਜੀ ਸਾਰੀਆਂ ਸੰਗਤਾਂ ਨੇ ਲੰਗਰ ਛੱਕ ਕੇ ਜਾਣਾ ਜੀ ਕਰਦੇ ਹਾਂ ਜੀ ਇਕੱਠਾ ਕਰਦੇ ਕਰਦੇ ਇਕੱਠਾ ਕਰਦੇ ਹਾਂ ਜੀ 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 ਇਕੱਠਾ ਕਰਦੇ ਹਾਂ ਜ